ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿ ਤਸੀਹਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣ ਕਰਵਾਉਂਦੇ ਆਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਆਂ ਅੱਜ ਦੇ ਕੜੀ ਵਿੱਚ ਅਸੀਂ ਤੁਹਾਨੂੰ ਸੁਤੰਤਰਤਾ ਸਨਾਨੀ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਨੀਲਮ ਸੰਜੀਵ ਰੱਡੀ ਇਸਾਵੀ ਸਿੰਘ ਤ੍ਰਿਲੋਕੀਨਾਥ ਗੁਚਾਇਤ ਅਤੇ ਕਾਰਤਿਕ ਮਿਸਰ ਬਾਰੇ ਜਾਣਕਾਰੀ ਦੇ ਰਹੇ ਹਾਂ ਅੱਜ ਅਸੀਂ ਯਾਦ ਕਰ ਰਹੇ ਹਾਂ ਸੁਤੰਤਰਤਾ ਸੈਨਾਨੀ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਨੀਲਮ ਸੰਜੀਵ ਰੈਡੀ ਨੂੰ ਉਹਨਾਂ ਦਾ ਜਨਮ ਆਂਧਰਾ ਪ੍ਰਦੇਸ਼ ਦੇ ਮੌਜੂਦਾ ਨੰਤਪੁਰ ਜ਼ਿਲ੍ਹੇ ਵਿੱਚ ਹੋਇਆ ਸੀ ਰੈਡੀ ਨੇ ਯੂਨੀਵਰਸਿਟੀ ਤੋਂ ਸਿੱਖਿਆ ਪੂਰੀ ਕੀਤੀ ਅਤੇ ਨੰਤਪੁਰ ਦੇ ਸਰਕਾਰੀ ਆਰਟਸ ਕਾਲਜ ਵਿੱਚ ਪੜਨ ਲੱਗ ਪਏ ਜੁਲਾਈ 1929 ਵਿੱਚ ਮਹਾਤਮਾ ਗਾਂਧੀ ਦੀ ਨੰਤਪੁਰ ਯਾਤਰਾ ਤੋਂ ਬਾਅਦ ਰੈਡੀ ਸਵਤੰਤਰਤਾ ਸੰਘਰਸ਼ ਵਿੱਚ ਸ਼ਾਮਲ ਹੋ ਗਏ ਉਹਨਾਂ ਨੇ ਕਾਲਜ ਦੀ ਪੜ੍ਹਾਈ ਛੱਡ ਦਿੱਤੀ ਅਤੇ ਸਵਤੰਤਰਤਾ ਆંદੋਲਨ ਵਿੱਚ ਸ਼ਾਮਲ ਹੋ ਗਏ ਉਹ ਜੋਤ ਲੀਗ ਨਾਲ ਨੇੜਿਓਂ ਜੁੜੇ ਸਨ ਅਤੇ ਵਿਦਿਆਰਥੀ ਸੱਤਿਆਗ੍ਰਹਿ ਵਿੱਚ ਹਿੱਸਾ ਲੈਂਦੇ ਸਨ 1938 ਵਿੱਚ ਰੈਡੀ ਅੰਦਰ ਰਾਜ ਕਾਂਗਰਸ ਕਮੇਟੀ ਦੇ ਸਖਤਰ ਚੁਣੇ ਗਏ 1942 ਵਿੱਚ ਭਾਰਤ ਛੱਡੋ ਅੰਦੋਲਨ ਸਮੇਂ ਰੈਡੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅਮਰਾਵਤੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜੇਲ੍ਹ ਵਿੱਚ ਉਹਨਾਂ ਨੇ ਸੁਤੰਤਰਤਾ ਸੰਨਾਨੀਆਂ ਟੀ ਪ੍ਰਕਾਸ਼ਮ ਐ ਸਤਿਆਮੂਰਤੀ ਕੇ ਕਾਮਰਾਜ ਅਤੇ ਵੀ ਵੀ ਗਰੀ ਨਾਲ ਸਜ਼ਾ ਭੋਗੀ ਰੈਡੀ ਨੂੰ 1945 ਵਿੱਚ ਰਿਹਾ ਕੀਤਾ ਗਿਆ 1946 ਵਿੱਚ ਮਦਰਾਸ ਵਿਧਾਨ ਸਭਾ ਲਈ ਚੁਣੇ ਗਏ ਉਹ 1955 ਵਿੱਚ ਅੰਦਰ ਰਾਜ ਦੇ ਉਪ ਮੁੱਖ ਮੰਤਰੀ ਬਣੇ ਅਤੇ 1956 ਵਿੱਚ ఆంధ్రప్రదేశ్ ਦੇ ਪਹਿਲੇ ਮੁੱਖ ਮੰਤਰੀ ਬਣੇ। ਉਹਨਾਂ ਨੇ 1964 ਤੋਂ 1967 ਤੱਕ ਕੈਬਨਿਟ ਮੰਤਰੀ ਦੇ ਰੂਪ ਵਿੱਚ ਕੰਮ ਕੀਤਾ ਅਤੇ 1967 ਤੋਂ 1969 ਤੱਕ ਲੋਕ ਸਭਾ ਦੇ ਸਪੀਕਰ ਰਹੇ। రెడ్డి 1977 ਵਿੱਚ ਵੀ ਸੰਸਦ ਚੁਣੇ ਗਏ ਅਤੇ ਲੋਕ ਸਭਾ ਦੇ ਸਪੀਕਰ ਰਹੇ ਉਸ ਦੇ 3 ਮਹੀਨੇ ਬਾਅਦ ਨੀਲਮ ਸੰਜੀਵ ਰੈਡੀ ਬਿਨਾ ਮੁਕਾਬਲਾ ਭਾਰਤ ਦੇ 6ਵੇਂ ਰਾਸ਼ਟਰਪਤੀ ਬਣੇ 1 ਜੂਨ 1996 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਮਹਾਨ ਰਾਸ਼ਟਰੀਵਾਦੀ ਨੇਤਾ ਨੂੰ ਸਾਡਾ ਨਮਨ ਅੱਜ ਅਸੀਂ ਵੀਰ ਇਸਾਵੀ ਸਿੰਘ ਨੂੰ ਯਾਦ ਕਰ ਰਹੇ ਹਾਂ ਉਹ ਉੱਤਰ ਪ੍ਰਦੇਸ਼ ਦੇ ਜੌਨਪੁਰ ਦੇ ਨਿਵਾਸੀ ਸਨ 이사비 싱1857 ਵਿੱਚ ਭਾਰਤ ਦੇ ਪਹਿਲੇ ਸੁਤੰਤਰਤਾ ਸੰਘਰਸ਼ ਸਮੇਂ ਜੌਨਪੁਰ ਵਿੱਚ ਅੰਗਰੇਜ਼ਾਂ ਨਾਲ ਲੜ ਰਹੀ ਸੈਨਾ ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਸਰਕਾਰੀ ਗੋਦਾਮ ਲੁੱਟਣ ਦੇ ਅਭਿਆਨ ਵਿੱਚ ਹਿੱਸਾ ਲਿਆ ਅਤੇ ਉੱਥੇ ਹੀ ਗੋਦਾਮ ਦੇ ਸਰਪ੍ਰਸਤ ਡੈਵਿਸ ਦੀ ਹੱਤਿਆ ਕਰ ਦਿੱਤੀ। ਇਸਾਵੀ ਸਿੰਘ ਨੂੰ ਫੜ ਲਿਆ ਗਿਆ ਅਤੇ ਮੌਤ ਦੀ ਸਜ਼ਾ ਦਿੱਤੀ ਗਈ। ਉਹਨਾਂ ਨੂੰ 1 ਜੂਨ 1858 ਨੂੰ ਫਾਂਸੀ ਦਿੱਤੀ ਗਈ। ਵੀਰ ਇਸਾਵੀ ਸਿੰਘ ਨੂੰ ਸਾਡਾ 100-100 ਵਾਰ ਨਮਨ। ਅਸੀਂ ਵੀਰ trilokinath gujait ਨੂੰ ਵੀ ਯਾਦ ਕਰ ਰਹੇ ਹਾਂ ਉਹ ਪੱਛਮੀ ਬੰਗਾਲ ਦੇ ਮੇਦਨੀਪੁਰ ਜ਼ਿਲ੍ਹੇ ਦੇ ਨਿਵਾਸੀ ਸਨ ਉਹਨਾਂ ਨੇ ਨਾ ਸਿਵਲ ਫਰਮਾਨੀ ਅੰਦੋਲਨ ਦੇ ਸਮੇਂ ਕੋਈ ਟੈਕਸ ਨਹੀਂ ਅਭਿਆਨ ਵਿੱਚ ਹਿੱਸਾ ਲਿਆ ਸੀ ਪਹਿਲੀ ਜੂਨ 1930 ਨੂੰ ਪੁਲਿਸ ਦੀ ਗੋਲੀ ਲੱਗਣ ਨਾਲ ਉਹਨਾਂ ਦੀ ਮੌਤ ਹੋ ਗਈ ਉਹਨਾਂ ਨੂੰ 100 100 ਵਾਰ ਨਮਨ ਅੱਜ 카르্তিক ਮਿਸਰ ਦੀ ਵੀ ਵਰਸੀਏ ਉਹਨਾਂ ਦਾ ਦੇਹਾਂਤ 1 ਜੂਨ 1930 ਨੂੰ ਹੋਇਆ ਸੀ 카르্তিক ਬੰਗਾਲ ਦੇ ਸ੍ਰਾਮਪੁਰ ਪਿੰਡ ਦੇ ਵਸਨੀਕ ਸਨ ਵਿਦਿਆਰਥੀ ਜੀਵਨ ਵਿੱਚ ਹੀ ਉਹ ਸਤਿਅਗ੍ਰਹਿ ਵਿੱਚ ਸ਼ਾਮਲ ਹੋ ਗਏ 1 ਜੂਨ 1930 ਨੂੰ ਨਮਕ ਸਤਿਅਗ੍ਰਹਿ ਦੇ ਸਮੇਂ ਪਰਤਾਪ ਡਿੱਗੀ ਵਿੱਚ ਪੁਲਿਸ ਵੱਲੋਂ ਲੁੱਟਮਾਰ ਅਤੇ ਹਮਲੇ ਦੀ ਖਬਰ ਸੁਣੀ ਤਾਂ ਇਸ ਜ਼ੁਲਮ ਦੇ ਵਿਰੋਧ ਵਿੱਚ 카ਰ্তিক ਨਾਲ 200 ਲੋਕ ਮਜਾਰਾ ਕਰਨ ਲਈ ਇਕੱਠੇ ਹੋ ਗਏ ਪੁਲਿਸ ਨੇ ਅਨੇਵਾ ਗੋਲੀਬਾਰੀ ਸ਼ੁਰੂ ਕਰ ਦਿੱਤੀ ਗੋਲੀਬਾਰੀ ਵਿੱਚ 2 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋਏ ਮਰਨ ਵਾਲਿਆਂ ਵਿੱਚ 카ਰ্তিক ਵੀ ਸ਼ਾਮਲ ਸਨ ਧਰਤੀ ਮਾਂ ਦੇ ਬਹਾਦਰ ਸੁਪੁੱਤਰ ਨੂੰ ਸਾਡੀ ਭਾਵਪੀਣੀ ਸ਼ਰਧਾਂਜਲੀ